ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਵਰਿੰਦਰ ਸਿੰਘ ਸਵਾਗਤ ਕਰਦਾ ਹਾਂ ਸਭ ਦਾ ਤੁਹਾਡੇ ਆਪਣੇ ਪੀਬੀ ਕੇ ਚੈਨਲ ਉੱਤੇ ਸ਼ੁਰੂ ਕਰਦੇ ਹਾਂ ਆਪਣੀ ਫ੍ਰੀ ਸੀਰੀਜ਼ ਪਤੇ ਤੇ ਪੰਜਾਬੀ ਸੋ 791 ਕੱਲ ਕਰ ਲਏ ਸੀ ਅੱਜ ਕਰਾਂਗੇ 792 ਨੰਬਰ ਪੇਜ ਸ਼ੁਰੂ ਸਿਸਤੇਮੀ ਦੀ ਰੀਤ ਨੂੰ ਤਾਂ ਫਿਰ ਬੰਬੀਨੀ ਬੱਚਿਆਂ ਨੂੰ ਸਾਂਭ ਕੇ ਰੱਖਣ ਵਾਲੀ ਇੱਕ ਪ੍ਰਣਾਲੀ ਇੱਕ ਸਿਸਟਮ ਸੋ ਇਨ ਸ਼ਾਰਟ ਇਹਨੂੰ ਕਵਾਂਗੇ ਆਪਾਂ ਸਿਜੋ ਲੀਨੋ ਜਿਹੜੇ ਬੱਚਿਆਂ ਦੀ ਅਲੱਗ ਸਪੈਸ਼ਲ ਇੱਕ ਕੁਰਸੀ ਰੱਖੀ ਹੁੰਦੀ ਹੈ ਆਪਣੀ ਗੱਡੀ ਦੀ ਸੀਟ ਉੱਤੇ ਇੱਕ ਹੋਰ ਸੀਟ ਰੱਖ ਕੇ ਜਿੱਥੇ ਆਪਾਂ ਬੱਚਿਆਂ ਨੂੰ ਬਿਠਾਉਂਦੇ ਹਾਂ ਉਹਨੂੰ ਕਹਿੰਦੇ ਆ ਸਿਜੋ ਲੀਨੋ ਸਿਸਤੇਮੀ ਦੀ ਰੀਤ ਨੂੰ ਤਾਂ ਫਿਰ ਬੰਬੀਨੀ ਤੇ ਇਹਨਾਂ ਦੇ ਵੀ ਕੁਝ ਬੇਸਿਸ ਹੁੰਦੇ ਨੇ ਵੀ ਇਹਨਾਂ ਨੂੰ ਕਦੋਂ ਯੂਜ਼ ਕਰ ਸਕਦੇ ਹਾਂ ਕਿੰਨੀ ਉਮਰ ਤੱਕ ਵਰਤਣੀ ਹੁੰਦੀ ਹੈ ਕਿੰਨੀ ਹਾਈਟ ਤੋਂ ਬਾਅਦ ਕਿੰਨੇ ਵੇਟ ਤੋਂ ਬਾਅਦ ਨਹੀਂ ਵਰਤਣੀ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਸੋ ਬਿਨਾਂ ਸਮਾਂ ਗਵਾਏ ਵਧਦੇ ਹਾਂ ਪਹਿਲੇ ਸਵਾਲ ਤੇ ਇਹ ਬੰਬੀਨੀ ਦੀ ਅਲਟੈਸਾ ਇਨਫੀਰੀਅਰ ਹੈ 1,50 ਮੀਟਰੀ ਕੁਆਂਡੋ ਸੋਨੋ ਟ੍ਰਾਂਸਪੋਰਟਾਤੀ ਸੂ ਉਨਾ ਆਟੋਵੇਟੂਰਾ ਦੇਵਨੋ ਐਸਰੇ ਟ੍ਰਾਟੇਨੂਤੀ ਦਾ ਸਿਸਤੇਮੀ ਦੀ ਰੀਤੇਨੂਤਾ ਓਮੋਲੋਗਾਤੀ ਅਦੇਗੁਆਤੀ ਆਲਾ ਲੋਰੋ ਸਟ੍ਰਕਚੂਰਾ ਏ ਪੇਜ਼ੋ ਬੱਚੇ ਜਿਨ੍ਹਾਂ ਦੀ ਉਚਾਈ ਘਾਟੇ 1.5 ਮੀਟਰ ਤੋਂ ਜਦੋਂ ਸੋਨੋ ਟ੍ਰਾਂਸਪੋਰਟਾਤੀ ਸੋਨਾ ਵੇਤੂਰਾ ਜਦੋਂ ਉਹਨਾਂ ਨੂੰ ਲੈ ਕੇ ਜਾਂਦੇ ਪਏ ਇੱਕ ਗੱਡੀ ਵਿੱਚ ਦੇਵਨੋ ਐਸਰੇ ਟ੍ਰਾਟੇਨੂਤੀ ਇਹਨਾਂ ਨੂੰ ਰੱਖਣਾ ਪੈਣਾ ਦਾ ਸਿਸਤੇਮੀ ਦੀ ਰੀਤੇਨੂਤਾ ਮਤਲਬ ਕਿ ਜਿਹੜੀ ਸੀਟਾਂ ਨੇ ਜਿਹੜੀ ਸੇਜੋ ਲੀਨੀ ਉਹਦੇ ਤੇ ਆਪਾਂ ਨੂੰ ਬੱਚਿਆਂ ਨੂੰ ਰੱਖਣਾ ਓਮੋਲੋਗਾਤੀ ਓਮੋਲੋਗਾਤੀ ਕੀ ਹੁੰਦਾ ਗਵਰਨਮੈਂਟ ਵੱਲੋਂ ਅਪਰੂਵ ਜਿਹੜੀ ਗਵਰਨਮੈਂਟ ਆਪਾਂ ਨੂੰ ਕਹੇਗੀ ਵੀ ਹਾਂ ਇਹ ਪ੍ਰੋਡਕਟ ਤੁਸੀਂ ਯੂਜ਼ ਕਰ ਸਕਦੇ ਹੋ ਉਹਦੀ ਆਪਾਂ ਇੱਥੇ ਵਰਤੋਂ ਕਰ ਸਕਦੇ ਹਾਂ ਇੱਦਾਂ ਨਹੀਂ ਕਿ ਬਿਨਾਂ ਓਮੋਲੋਗਾਸੀ ਉਹਨੇ ਤੋਂ ਕੋਈ ਵੀ ਸੀਟ ਚੱਕ ਕੇ ਉੱਥੇ ਰੱਖਤੀ ਤੇ ਆਪਾਂ ਉੱਥੇ ਬੱਚੇ ਨੂੰ ਬਿਠਾਤਾ ਨਹੀਂ ਗਵਰਨਮੈਂਟ ਅਪਰੂਵ ਕਰਦੀ ਇਹਨਾਂ ਸੀਟਾਂ ਨੂੰ ਤਾਂ ਜੋ ਆਪਣੇ ਬੱਚਿਆਂ ਦੀ ਸੇਫਟੀ ਬਣੀ ਰਹੇ ਅਦੇਗੁਆਤੀ ਆਲਾ ਲੋਰੋ ਸਟ੍ਰਕਚੂਰਾ ਏ ਪੇਜ਼ੋ ਉਹਨਾਂ ਦੀ ਲੰਬਾਈ ਤੇ ਵੇਟ ਦੇ ਹਿਸਾਬ ਨਾਲ ਸੋ ਹੇ ਵੇਰੋ ਵਧਿਆ ਅੱਗੇ ਈ ਬੰਬੀਨੀ ਦੀ ਏਤਾ ਇਨਫੀਰੀਅਰ ਅਤੇ ਆਨੀ ਨੋਨ ਪੋਸਨੋ ਵਿਆਜਾਰੇ ਸੂ ਆਟੋਵੇਟੂਰੇ ਸੋਪਰਾ ਵਿਸਤੇ ਦੇਲੀ ਇਦੋਨੀਏ ਸਿਸਤੇਮੀ ਦੀ ਰਿਤਿਨੁਤਾ ਬੱਚੇ ਜਿਨ੍ਹਾਂ ਦੀ ਉਮਰ ਘਾਟੇ 3 ਸਾਲ ਤੋਂ ਨੋਨ ਪੋਸਨੋ ਵਿਆਜਾਰੇ ਉਹ ਸਫ਼ਰ ਨਹੀਂ ਕਰ ਸਕਦੇ ਇੱਕ ਗੱਡੀ ਤੇ ਬਿਨਾਂ ਦੇਲੀ ਸਿਸਤੇਮੀ ਦੀ ਰਿਤਿਨੁਤਾ ਮਤਲਬ ਕਿ ਉਹਨਾਂ ਦੀ ਜਿਹੜੀ ਸਪੈਸ਼ਲ ਸੀਟਾਂ ਨੇ ਉਹਨਾਂ ਤੋਂ ਬਿਨਾਂ ਉਹ ਸਫ਼ਰ ਨਹੀਂ ਕਰ ਸਕਦੇ ਜਿਨ੍ਹਾਂ ਦੀ ਉਮਰ 3 ਸਾਲ ਤੋਂ ਘਾਟੇ ਵੇਰੋ ਅੱਗੇ ਵਧਿਆ ਸਵਾਲ ਖੱਟਿਆ ਪੇਪਰ 'ਚ ਨਹੀਂ ਪਰ ਫਿਰ ਵੀ ਦੇਖਦੇ ਹਾਂ ਪੋਸਨੋ ਵਿਆਜਾਰੇ ਸੂਈ ਸੇਦੀ ਲਿਆਂਤਰੀ ਓਰੇ ਦੀ ਉਨੋ ਤੋਂ ਵੇਤੂਰਾ ਸਪ੍ਰੋਵਿਸਤਾ ਦੀ ਸਿਸਤੇਮੀ ਦੀ ਰਿਤਿਨੁਤਾ ਸੋਲੋ ਸੇ ਲਾ ਲੋਰੋ ਸਟ੍ਰਕਚੂਰਾ ਸੁਪੇਰਾ 150 ਮੀਟਰੀ ਏ ਇੰਡੋਸਨੋ ਲੇ ਚਿੰਤੂਰਾ ਦੇ ਸਿਕੁਰੈਚਾ ਕਹਿੰਦਾ ਜਿਹੜੇ ਬੱਚਿਆਂ ਦੀ ਉਮਰ 3 ਸਾਲ ਤੋਂ ਜ਼ਿਆਦਾ ਹੈ ਸੁਪਰੀਓਰ ਹੈ ਜ਼ਿਆਦਾ ਹੈ ਪੋਸਨੋ ਵਿਆਜਾਰੇ ਸਫ਼ਰ ਕਰ ਸਕਦੇ ਨੇ ਅੱਗੇ ਵਾਲੀ ਸੀਟਾਂ ਉੱਤੇ ਇੱਕ ਓਤੋ ਵੇਤੂਰਾ 'ਚ ਬਿਨਾਂ ਸੀਟ ਤੋਂ ਸੋਲੋ ਸੇ ਲਾ ਲੋਰੋ ਸਟ੍ਰਕਚੂਰਾ ਸੁਪੇਰਾ 1,50 ਮੀਟਰੀ ਸਿਰਫ ਉਦੋਂ ਜਦੋਂ ਉਹਨਾਂ ਦਾ ਜਿਹੜਾ ਜਿਹੜੀ ਉਹਨਾਂ ਦੀ ਉਚਾਈ ਹੈ ਜਿਹੜੀ ਉਹਨਾਂ ਦੀ ਹਾਈਟ ਹੈ ਉਹ ਜ਼ਿਆਦਾ ਹੋਵੇ 1.5 ਮੀਟਰ ਤੋਂ ਸਿਰਫ ਉਦੋਂ ਹੀ ਉਹ ਅੱਗੇ ਵਾਲੀ ਸੀਟ ਉੱਤੇ ਬਹਿ ਕੇ ਸਫ਼ਰ ਕਰ ਸਕਦੇ ਨੇ ਇਨ ਦੋਸਤੋਨੋ ਦੇ ਚਿੰਤੂਰੇ ਦੀ ਸਿਕੁਰੈਚਾ ਸੀਟ ਬੈਲਟ ਲਗਾ ਕੇ ਸੋ ਇਹ ਵੇਰਵਾ ਜੀ ਜਿਹੜੇ ਬੱਚੇ ਦੀ ਉਮਰ 3 ਸਾਲ ਤੋਂ ਜ਼ਿਆਦਾ ਹੋਏਗੀ ਅਤੇ ਉਹਦੀ ਉਚਾਈ 'ਤੇ ਵੀ ਗੌਰ ਕਰਨਾ ਆਪਾਂ ਉਹਦੀ ਉਚਾਈ 1.5 ਮੀਟਰ ਤੋਂ ਜ਼ਿਆਦਾ ਹੋਵੇ ਅਤੇ ਉਹ ਸੀਟ ਬੈਲਟ ਲਗਾ ਕੇ ਅੱਗੇ ਵਾਲੀ ਸੀਟਾਂ 'ਤੇ ਬਹਿ ਕੇ ਸਫ਼ਰ ਕਰ ਸਕਦਾ ਹੈ ਵੇਰੋ Se un'autovettura è munita di airbag, è possibile trasportare bambini su sedile anteriore assicurati ad ogni seggiolino solo se il veicolo è dotato di comando per disattivare l'airbag stesso. E gaddi genete airbag, munito di airbag, gaddi airbag fit kitta hoya, unde te possible bacche nu leke jana, agge wali sitta unte bitha ke assicurati ad ogni seggiolino, bi jehdi special ਸਿਕਿਓਰ ਜਿਹੜੀ ਉਹਨਾਂ ਦੀ ਸੇਜੋ ਲੀਨੋ ਆ ਉਹਦੇ 'ਤੇ ਬਿਠਾ ਕੇ ਉਹਨੂੰ ਲੈ ਕੇ ਜਾ ਸਕਦੇ ਹਾਂ ਸੋਲੋ ਸੇ ਇਲ ਵੀਕਲੋ ਐ ਦੋ ਧਾਤੋ ਦੀ ਕਮਾਂਡੋ 35 ਸੱਤੀ ਬਾਰੇ ਸਿਰਫ ਉਹ ਗੱਡੀ 'ਤੇ ਲੈ ਕੇ ਜਾ ਸਕਦੇ ਜਿਹੜੀ ਗੱਡੀ 'ਚ ਇੱਕ ਬਟਨ ਲੱਗਾ ਇੱਕ ਕਮਾਂਡ ਲੱਗੀ ਹੈ ਜਿਹੜੀ ਡਿਸਐਕਟੀਵੇਟ ਕਰੇਗੀ ਏਅਰ ਬੈਗ ਨੂੰ ਸੋ ਹੇ ਵੇਰੋ ਆ ਆਪਾਂ ਨੂੰ ਏਅਰ ਬੈਗ ਬੰਦ ਕਰਨਾ ਪੈਣਾ ਜੇਕਰ ਆਪਾਂ ਅੱਗੇ ਆਪਣੇ ਬੱਚੇ ਨੂੰ ਬਿਠਾਉਣਾ ਚਾਹੁੰਦੇ ਹਾਂ ਕਿਉਂਕਿ ਮੈਂ ਪਹਿਲਾਂ ਦੱਸ ਚੁੱਕਿਆ ਜੇਕਰ ਏਅਰ ਬੈਗ ਅੱਗੇ ਵਾਲੀ ਸੀਟ 'ਤੇ ਹੋਏਗਾ ਤਾਂ ਤੁਸੀਂ ਬੱਚੇ ਨੂੰ ਵੀ ਉੱਥੇ ਬਿਠਾ ਦੋਗੇ ਸੇਜੋ ਲੀਨੋ ਵਿੱਚ ਬਿਠਾ ਕੇ ਅਤੇ ਜੇਕਰ ਉਹ ਏਅਰਬੈਗ ਫਟਿਆ ਤਾਂ ਬੱਚੇ ਲਈ ਰਿਸਕ ਹੋ ਸਕਦਾ ਹੈ ਵੇਰੋ ਵਧਿਆ ਅੱਗੇ ਈ ਸਿਸਟਮ ਦੀ ਰੀਤ ਨੂੰ ਤਾਂ ਫਿਰ ਬੰਬੀਨੀ ਸੋਨੋ ਕਲਾਸੀਫਿਕਾਤ ਇਨ ਗਰੁੱਪੋ ਇਨ ਫੁਨਸੀਓਨੇ ਦੈਲ ਪੇਜ਼ੋ ਦੈਲ ਬੰਬੀਨੋ ਕਿ ਪੋਸਨੋ ਅਕੋਲੀਅਰੇ ਸੋ ਇੱਥੇ ਕਹਿੰਦਾ ਜਿਹੜੇ ਬੱਚੇ ਵਾਲੀ ਸੀਟਾਂ ਨੇ ਸੋਨੋ ਕਲਾਸੀਫਿਕਾਤ ਇਨ ਗਰੁੱਪੀ ਵੀ ਉਹਨਾਂ ਨੂੰ ਇੱਕ ਤਰ੍ਹਾਂ ਦੇ ਗਰੁੱਪ ਵਿੱਚ ਕਲਾਸੀਫਾਈ ਕੀਤਾ ਜਾਂਦਾ ਹੈ ਗਰੁੱਪ ਉਹਨਾਂ ਨੂੰ ਗਰੁੱਪਾਂ ਵਿੱਚ ਵੰਡਿਆ ਜਾਂਦਾ ਹੈ ਇਨ ਫੁਨਸੀਓਨੇ ਦੈਲ ਪੇਜ਼ੋ ਦੈਲ ਬੰਬੀਨੋ ਬੱਚਿਆਂ ਦੇ ਵੇਟ ਦੇ ਹਿਸਾਬ ਨਾਲ ਕਿ ਪੋਸਨੋ ਅਕੋਲੀਅਰੇ ਜਿਹੜਾ ਇਕੱਠਾ ਕਰ ਸਕਦੇ ਨੇ ਸੋ ਇੱਥੇ ਦੇ ਕਹਿਣ ਦਾ ਮਤਲਬ ਕੀ ਹੈ ਵੇਖ ਲੈਂਦੇ ਹਾਂ
ਸੋ ਜੀ ਹੁਣ ਇਹ ਕੁਛ ਇੱਕ ਛੋਟਾ ਜਿਹਾ ਚੈਟ ਜਿਹਾ ਦਿੱਤਾ ਹੋਇਆ ਤੁਹਾਨੂੰ ਗਰੁੱਪ ਹੀ ਵੰਡੇ ਹੋਏ ਨੇ ਓਕੇ 0 0+1 2 3 ਉਸ ਤੋਂ ਬਾਅਦ ਇੱਥੇ ਪੇਜੋ ਲਿਖਿਆ ਵੀ ਕਿੰਨਾ ਵੇਟ ਝੱਲ ਸਕਦੀ ਹੈ ਸੀਟ 0 ਤੋਂ 10 ਕਿਲੋ ਦਾ ਬੱਚਾ ਲੈ ਕੇ ਜਾ ਸਕਦੇ ਨੇ ਇੱਥੇ ਇੱਥੇ ਉਮਰ ਵੀ ਲਿਖੀ ਹੋਈ ਹੈ 0 ਤੋਂ 9 ਮਹੀਨੇ ਦਾ ਝੀਰਕਾ ਲਗਭਗ ਇੰਨੇ ਮਹੀਨੇ ਦਾ ਹੋਏਗਾ ਤੇ ਉਹਦਾ ਵੇਟ ਇੰਨਾ ਹੋਏਗਾ ਤੇ ਉਹ ਇਹ 2 ਸੀਟਾਂ ਵਿੱਚ ਲੈ ਕੇ ਜਾ ਸਕਦੇ ਨੇ ਗੱਡੀ 'ਚ ਬਿਠਾ ਕੇ ਉਸ ਤੋਂ ਬਾਅਦ 0 ਤੋਂ 14 ਮਹੀਨੇ ਦਾ ਹੁੰਦਾ ਲਗਭਗ ਇਹ ਤੇ 13 ਕਿਲੋ ਤੱਕ ਦੀ ਸਪੋਰਟ ਕਰਦਾ ਹੈ ਇਹ ਵਾਲੀ ਸੀਟਾਂ ਫਿਰ ਉਹੀ ਸੇਮ ਪਹਿਲਾ ਗਰੁੱਪ ਦੂਸਰਾ ਤੇ ਤੀਸਰਾ ਗਰੁੱਪ ਇਹਨਾਂ ਦੇ ਵੇਟ ਦੇ ਹਿਸਾਬ ਨਾਲ ਇਹਨਾਂ ਨੂੰ ਸੈੱਟ ਕੀਤਾ ਗਿਆ ਹੁੰਦਾ ਸੋ ਵਧਿਆ ਮੈਂ ਸਵਾਲ ਤੇ ਸੋ ਕਹਿੰਦਾ ਜਿਹੜਾ ਵੇਟ ਉਹ ਸੀਟ ਚੱਕ ਸਕਦੀ ਹੈ ਉਸ ਹਿਸਾਬ ਨਾਲ ਇਹਨਾਂ ਨੂੰ ਇੱਕ ਗਰੁੱਪਾਂ ਵਿੱਚ ਇਹਨਾਂ ਨੂੰ ਵੰਡਿਆ ਹੁੰਦਾ ਵੇਰੋ ਪਰ ਬੰਬੀਨੀ ਦੇਵਨੋ ਐਸਰੇ ਦੀ ਤੀ ਪੋਮੋਲੋ ਗਾਤੋ ਇਹ ਮੰਤੇਨੂਤੀ ਸੈਂਪਰ ਐਫੀਸ਼ੀਐਂਟੀ ਪਹਿਲਾਂ ਵੀ ਸਵਾਲ ਆਇਆ ਸੀ ਪਰ ਉਸ ਟਾਈਮ ਇਹ ਸੀਟ ਬੈਲਟ ਤੇ ਸੀ ਇਸ ਟਾਈਮ ਆ ਗਿਆ ਤੇ ਸਿਸਤੇਮੀ ਦੀ ਰੀਤੇ ਨੂੰ ਤਾਂ ਨਹੀਂ ਵੀ ਜਿਹੜੀ ਸੀਟਾਂ ਨੇ ਬੱਚਿਆਂ ਵਾਲੀਆਂ ਉਹ ਗਵਰਨਮੈਂਟ ਵੱਲੋਂ ਅਪਰੂਵ ਹੋਣੀ ਚਾਹੀਦੀਆਂ ਨੇ ਤੇ ਉਹਨਾਂ ਨੂੰ ਹਮੇਸ਼ਾ ਆਪਾਂ ਰੱਖਣਾ ਇਸ ਹਾਲਾਤ ਵਿੱਚ ਵੀ ਉਹ ਸਹੀ ਰਵੇ ਕੁਸ਼ਲ ਰਵੇ ਸਹੀ ਤਰੀਕੇ ਨਾਲ ਕੰਮ ਕਰਦੀ ਰਵੇ ਫਿਰੋ ਸੋਨੋ ਦੀ ਉਨੀਕੋ ਤੀਪੋ ਇਹ ਸੋਨੋ ਤੁਤੀ ਉਤਲੀਜ਼ਾਬਿਲੀ ਪਰ ਟ੍ਰਾਂਸਪੋਰਟਾਰੇ ਬੰਬੀਨੀ ਫਿਨੋ ਆ 1.50 ਮੀਟਰ ਦੀ ਅਲਤੈਸਾ ਹੁਣ ਇੱਥੇ ਫਾਲਸ ਹੋ ਜਾਂਦਾ ਇੱਥੇ ਕਹਿੰਦਾ ਸਿਰਫ ਇੱਕੋ ਟਾਈਪ ਦਾ ਆ ਸੋਨੋ ਦੀ ਉਨੀਕੋ ਤੀਪੋ ਵੀ ਸਿਰਫ ਇੱਕੋ ਟਾਈਪ ਦੇ ਨੇ ਇਹ ਸੋਨੋ ਤੁਤੀ ਉਤਲੀਜ਼ਾਬਿਲੀ ਤੇ ਹਰ ਇੱਕ ਨੂੰ ਵਰਤ ਸਕਦਾ ਹੈ ਟ੍ਰਾਂਸਪੋਰਟ ਕਰਨ ਲਈ ਬੱਚਿਆਂ ਨੂੰ 1.5 ਮੀਟਰ ਦੀ ਉਚਾਈ ਤੱਕ ਦੇ ਨੂੰ ਇੱਥੇ ਆਪਾਂ ਨੂੰ ਕੀ ਕਿਹਾ ਗਿਆ ਇੱਥੇ ਕਿਹਾ ਗਿਆ ਸੋਨੋ ਕਲਾਸੀਫਿਕਾਤੀ ਗਰੁੱਪੀ ਵੀ ਉਹਨਾਂ ਨੂੰ ਗਰੁੱਪਾਂ ਵਿੱਚ ਵੰਡਿਆ ਗਿਆ ਇੱਥੇ ਕਹਿੰਦਾ ਇੱਕੋ ਟੀਪ ਇੱਕੋ ਹੀ ਟੀਪ ਹੋਇਆ ਇਹਦਾ ਸੋ ਫਾਲਸ ਹੋ ਜਾਂਦਾ ਅੱਗੇ ਅੱਗੇ ਹੈ ਕੋਨਸੈਂਟੀਤੋ ਇਲ ਟ੍ਰਾਂਸਪੋਰਟੋ ਦੀ ਬੰਬੀਨੀ ਸੈਂਸਾ ਕਿ ਸਿਆਨੋ ਸਿਕੁਰਾਤੀ ਆ ਸਿਸਟੇਮੀ ਦੀ ਰਿਤੇਨੂਤਾ ਪੁਰਕੇ ਸੂ ਪਰਕੋਰਸੀ ਉਰਬਾਨੀ ਕਹਿੰਦਾ ਇਜਾਜ਼ਤ ਤੇ ਟ੍ਰਾਂਸਪੋਰਟ ਕਰਨ ਦੀ ਬੱਚਿਆਂ ਨੂੰ ਲੈ ਕੇ ਜਾਣ ਦੀ ਇਜਾਜ਼ਤ ਤੇ ਬਿਨਾ ਕੇਸੀਆ ਨੂੰ ਸਿਕੁਰਾਤੀ ਆ ਸਿਸਤੇਮੀ ਦੀ ਰੀਤ ਨੂੰ ਤਾਂ ਜਿਹੜੀ ਉਹਨਾਂ ਦੀ ਸੀਟਾਂ ਨੇ ਬਿਨਾਂ ਉਹਨਾਂ ਦੀ ਦੇਖਭਾਲ ਕੀਤੇ ਬਿਨਾਂ ਉਹਨਾਂ ਨੂੰ ਦੇਖੇ ਆਪਾਂ ਬੱਚਿਆਂ ਨੂੰ ਜਾਣ ਦੀ ਇਜਾਜ਼ਤ ਹੈ ਬਸ ਸ਼ਰਤੇ ਕਿ ਆਪਾਂ ਉਰਬਾਨੀ ਪਿੰਡਾਂ ਵਾਲੀ ਸੜਕਾਂ ਉੱਤੇ ਆਪਾਂ ਜਾਂਦੇ ਹੋਈਏ ਫਾਲਸੋ ਭਾਵੇਂ ਪਿੰਡਾਂ ਵਾਲੀ ਹੈ ਭਾਵੇਂ ਸ਼ਹਿਰਾਂ ਵਾਲੀ ਹੈ ਭਾਵੇਂ 500 ਮੀਟਰ ਕਿਉਂ ਨਹੀਂ ਜਾਣਾ ਆਪਾਂ ਬੱਚੇ ਨੂੰ ਹਮੇਸ਼ਾ ਹਮੇਸ਼ਾ ਉਹਨਾਂ ਦੀ ਸੀਟ ਵਿੱਚ ਸਹੀ ਤਰੀਕੇ ਨਾਲ ਬਿਠਾਉਣਾ ਅਸੀਂ ਕੁਰਾਤੋ ਕਰਕੇ ਬਿਠਾਉਣਾ ਸੈਂਸਾ ਅਸੀਂ ਕੁਰਾਤੋ ਨਹੀਂ ਰੱਖਣਾ ਉਹਨਾਂ ਨੂੰ ਸੋ ਇਹ ਫਾਲਸੋ ਵਧਿਆ ਅੱਗੇ senza che siano assicurati a sistemi di ritenuta purché si circola alla velocità massima di 40 km va sharte che safar karde hoye ek speed te jehdi ki jyada to jyada 40 km di hoyegi so paave 40 paave 10 di speed te kyon na jaiye apan nu hamesha unna nu unna di sahi condition vich rakhna unna nu matlab ke us jehdi seat hai bacche di unde te apan nu sahi tarike naal nu bann ke rakhna sahi tarike naal nu kas ke rakhna so is karke vi falso vadde agge purché su sedili anteriore e a portata di ਬਰਾਚੋ ਦਲ ਕੰਡੂਚੈਂਟੇ ਬਸ਼ਰਤੇ ਕਿ ਜਿਹੜੀ ਸੀਟ ਅੱਗੇ ਵਾਲੀ ਆ ਅਪਰਤਾਤਾ ਦੀ ਬਰਾਚੋ ਦਲ ਕੰਡੂਚੈਂਟੇ ਵੀ ਡਰਾਈਵਰ ਦੀ ਬਾਂਹ ਦੀ ਪਹੁੰਚ ਉੱਥੇ ਤੱਕ ਹੋਵੇ ਮਤਲਬ ਕਿ ਜੇਕਰ ਤੁਸੀਂ ਉਹਨੂੰ ਆਪਣੇ ਨਾਲ ਵਾਲੀ ਸੀਟ ਤੇ ਬੱਚੇ ਨੂੰ ਰੱਖਿਆ ਤੇ ਉਹਨੂੰ ਸ਼ੋਰ ਨਹੀਂ ਕੀਤਾ ਮਤਲਬ ਕਿ ਉਹਨੂੰ ਸੀਟ ਬੈਲਟ ਨਹੀਂ ਕੱਸੀ ਕੁਛ ਨਹੀਂ ਕੀਤਾ ਬਸ ਐਵੇਂ ਚੱਕ ਕੇ ਉੱਥੇ ਰੱਖਤੀ ਹੈ ਕਹਿੰਦਾ ਰੱਖ ਦਿੱਤੀ ਬਸ ਸ਼ਰਤ ਇਹ ਆ ਕਿ ਤੁਹਾਡਾ ਹੱਥ ਉਸ ਬੱਚੇ ਤੱਕ ਪੁੱਜਦਾ ਹੋਣਾ ਚਾਹੀਦਾ ਫਾਲਸੋ ਜਿੱਥੇ ਨੇ ਕਹਿਤਾ ਵੀ ਸੈਂਸਾ ਕੇਸੀਆ ਨੂੰ ਅਸੀਂ ਕੁਰਾਤੀ ਅੱਖਾਂ ਮੀਟ ਕੇ ਫਾਲਸੋ ਕਰ ਦਿਓ ਕਿਉਂਕਿ ਕਦੀ ਵੀ ਕਿਸੇ ਵੀ ਬੱਚੇ ਦੀ ਸੀਟ ਨੂੰ ਆਪਾਂ ਬਿਨਾਂ ਸ਼ੋਰ ਕੀਤੇ ਨਹੀਂ ਰੱਖ ਸਕਦੇ ਸੋ ਐ ਫਾਲਸੋ ਮੱਦੇ ਅੱਗੇ ਪੁਰਕੇ ਸੁਈਸੇ ਦੀ ਅੰਤਰੀ ਹੋਰੇ ਇਨ ਬਰਾਚੋ ਆ ਪਰਸੋਨਾ ਮਾਜੋ ਰਹਿਨੇ ਬਾ ਸ਼ਰਤੇ ਕਿ ਸੀਟਾਂ ਅਗਲੇ ਵਾਲੀ ਬਾਹਾਂ 'ਚ ਇੱਕ ਬੰਦਾ ਜਿਹੜਾ ਕਿ ਵੱਡਾ ਹੈ ਮਾਜੋ ਰਹਿਨੇ ਆ ਮਤਲਬ ਕਿ 18 ਸਾਲ ਤੋਂ ਜ਼ਿਆਦਾ ਹੈ ਵੀ ਕਿਸੇ ਵੱਡੇ ਬੰਦੇ ਦੇ ਹੱਥ ਵਿੱਚ ਬੱਚੇ ਨੂੰ ਰੱਖ ਦਿਓ ਤਾਂ ਚੱਲ ਸਕਦਾ ਫਾਲਸੋ ਇੱਦਾਂ ਵੀ ਨਹੀਂ ਕਰ ਸਕਦੇ Si possono utilizzare le cinture di sicurezza al posto dei sistemi di ritenuta per trasportare un bambino purché sia di altezza superiore a 1,30 metri. 1,50 hundate è vero hojana si. Chi che andare? Si possono utilizzare guarda sagdea seat belt nu sistemi di ritenuta matlab ke seat di jagah te al posto unna di jagah te bacche nu leke jaan layi bas shart e vi bacche di jehdi height a jehdi unchai a oh jyada hove 1-3 meter ton falso 1,50 होनी चाहिए सी अगे इस सेजोलिनी पर बंबीनी पोसनो आंके एसरे दी कोस्ट्रुक्सियोने आर्टिजनाले पुरके अप्रूवाती द एस्पर्टो दला आजल सेजोलिनी बच्चियां ली पोसनो आंके एसरे हो सकती ने दी कोस्ट्रुक्सियोने आर्टिजनाले भी आपे बनाई होन या कहिए भी किसी नु कह के किसी फैक्ट्री विच कह के उन्होंने बनवाया होवे पुरके बशर्ते ਕਿ ਅਪਰੂਵ ਕੀਤੀਆਂ ਗਈਆਂ ਹੋਣ ਦਾ ਐਸਪੈਰ ਤੋਂ ਦਾ ਲਾਜ਼ਲ ਵੀ ਜਿਹੜੇ ਆਜ਼ਲ ਵਾਲੇ ਹੁੰਦੇ ਨੇ
ਉਹਨਾਂ ਵੱਲੋਂ ਇਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੋਵੇ। ਫਾਲਸੋ ਇਹ ਇੱਕ ਕੰਪਨੀ ਦੀ ਹੁੰਦੀ ਹੈ ਨਾ ਕਿ ਆਦਰ ਵੱਲੋਂ ਕੋਈ ਮਨਜ਼ੂਰੀ ਮੰਗਣੀ ਹੈ ਇਹਦੀ। ਸੋ ਇਹ ਫਾਲਸੋ। ਵਧਦੇ ਅੱਗੇ 793 ਫੁਨਸਿਓ ਨੇ ਦਿਲ ਪੋਜਾ ਤੇਸਤਾ, ਇਹ ਹੁੰਦਾ ਜੀ ਪੋਜਾ ਤੇਸਤਾ ਜਿੱਥੇ ਸਿਰ ਰੱਖਣ ਵਾਲੀ ਜਗ੍ਹਾ ਹੈ, ਇਹ ਵਾਲੀ ਇਹਨੂੰ ਕਹਿੰਦੇ ਆ ਪੋਜਾ ਤੇਸਤਾ। ਹੁਣ ਇਹਦੇ ਬਾਰੇ ਗੱਲ ਕਰਾਂਗੇ ਵੀ ਇਹਦੇ ਕੀ ਫੰਕਸ਼ਨ ਹੁੰਦੇ ਨੇ। ਵਧਦੇ ਆ ਪਹਿਲੇ ਸਵਾਲ ਤੇ। ਇਲ ਪੋਜਾ ਤੇਸਤਾ ਇਹ ਉਤਿਲੇ ਪੈਰ ਪ੍ਰੇਵਿਨੀਰੇ ਇਲ ਕੋਰਪੋ ਦੀ ਫਰੂਸਤਾ। ਪੋਜਾ ਤੇਸਤਾ ਉਪਯੋਗੀ ਹੈ ਬਚਣ ਤੋਂ ਰੋਕਣ ਤੋਂ। ਇਲ ਕੋਰਪੋ ਦੀ ਫਰੂਸਤਾ, ਕੋਰਪੋ ਦੀ ਫਰੂਸਤਾ ਕੀ ਹੁੰਦਾ ਹੈ? ਫਰਜ਼ ਕਰੋ ਤੁਹਾਡੀ ਗੱਡੀ ਦੇ ਪਿੱਛੇ ਜਾਂ ਪੋਜਾ ਤੇਸਤਾ ਲੱਗਾ ਉਹ ਨਾ ਹੋਵੇ, ਤੁਹਾਡੀ ਗੱਡੀ ਨੂੰ ਪਿੱਛੋਂ ਦੀ ਆ ਕੇ ਟੱਕਰ ਵੱਜੇ ਤੇ ਤੁਹਾਡਾ ਕੀ ਹੋਏਗਾ? ਤੁਹਾਡਾ ਸਿਰ ਜਿਹੜਾ ਹੈ, ਇਕੱਲਾ ਸਿਰ, ਉਹ ਪਹਿਲਾਂ ਪਿੱਛੇ ਜਾਏਗਾ ਤੇ ਫਿਰ ਇੱਕੋ ਦਮ ਅੱਗੇ ਆਏਗਾ। ਇਹਦੇ ਨਾਲ ਕੀ ਹੋਏਗਾ? ਤੁਹਾਡੀ ਧੋਣ ਵਿੱਚ ਇੱਕ ਛੋਟਾ ਜਿਹਾ ਫ੍ਰੈਕਚਰ ਆ ਜਾਏਗਾ ਜਿਹੜਾ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਹੈ। ਜਿਹੜੀ ਧੋਣ ਦੀ ਹੱਡੀ ਹੁੰਦੀ ਉਹ ਤੇ ਥੋੜ੍ਹਾ ਨੁਕਸਾਨ ਕਰ ਸਕਦਾ ਹੈ। ਕਿਸ ਤਰੀਕੇ ਨਾਲ? ਕੁਛ ਇਸ ਤਰ੍ਹਾਂ। ਪੋਜਾ ਤੇਸਤਾ ਇੱਥੇ ਨਹੀਂ ਸੀ, ਇਹਦਾ ਸਿਰ ਪਿੱਛੇ ਗਿਆ ਤੇ ਫਿਰ ਅੱਗੇ ਆਇਆ। ਝਟਕਾ ਐਸਾ ਹੋਏਗਾ ਜਿਹਨੇ ਤੁਸੀਂ ਕੰਟਰੋਲ ਨਹੀਂ ਕਰ ਸਕੋਗੇ, ਪਰ ਤੁਹਾਡਾ ਸਿਰ ਅੱਗੇ ਪਿੱਛੇ ਹੋਏਗਾ ਬਹੁਤ ਜਲਦੀ, ਜਿਸ ਕਰਕੇ ਇੱਥੇ ਕਰਕੇ ਇੱਕ ਪ੍ਰੋਬਲਮ ਆ ਸਕਦੀ ਧੋਣ ਦੇ ਵਿੱਚ। ਸੋ ਇਸ ਕਰਕੇ ਜਿਹੜਾ ਤੁਹਾਡਾ ਪੋਜਾ ਤੇਸਤਾ ਉਹਦਾ ਪਿੱਛੇ ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਨਾਲ ਕੀ ਹੋਏਗਾ? ਤੁਹਾਡਾ ਸਿਰ ਇੱਕੋ ਦਮ ਪੋਜਾ ਤੇਸਤਾ ਦੇ ਜਾ ਕੇ ਟਿਕ ਜਾਏਗਾ, ਪਿੱਛੇ ਨਹੀਂ ਜਾਏਗਾ ਪੂਰਾ, ਤੇ ਜੇ ਜ਼ਿਆਦਾ ਪਿੱਛੇ ਨਹੀਂ ਜਾਏਗਾ ਤਾਂ ਜ਼ਿਆਦਾ ਅੱਗੇ ਵੀ ਨਹੀਂ ਆਏਗਾ। ਸੋ ਜਿਸ ਕਰਕੇ ਜਿਹੜਾ ਆਪਾਂ ਨੂੰ ਸਰੀਰਕ ਨੁਕਸਾਨ ਜਿਹੜਾ ਹੋਣਾ ਸੀ ਉਹ ਬਚ ਜਾਏਗਾ, ਕੋਰਪੋ ਦੀ ਫਰੂਸਤ ਹੋਣਾ ਬਚ ਜਾਏਗਾ। ਸੋ ਇਹ ਬੇਰਵਾ। ਇਹ ਉਤਿਲੇ ਸੇ ਵੀਨੇ ਰੈਗੂਲਾਟੋ ਕੋਰੈਕਟਾਮੈਂਟੇ ਸੀਆ ਇਨ ਅਲਟੇਜ਼ਾ ਕੇ ਇਨ ਇਨਕਲੀਨਾਜ਼ਿਓਨੇ। ਕਹਿੰਦਾ ਪੋਜਾ ਤੇਸਤਾ ਉਪਯੋਗੀ ਹੈ ਜੇਕਰ ਉਹਨੂੰ ਰੈਗੂਲੇਟ ਕੀਤਾ ਜਾਏਗਾ, ਐਡਜਸਟ ਕੀਤਾ ਜਾਏਗਾ ਸਹੀ ਤਰੀਕੇ ਨਾਲ ਉਚਾਈ ਤੇ, ਇਨ ਅਲਟੇਜ਼ਾ ਉਚਾਈ ਤੇ ਕੇ ਇਨਕਲੀਨਾਜ਼ਿਓਨੇ ਜਾਂ ਉਹਨੂੰ ਝੁਕਾ ਕੇ, ਇਨਕਲੀਨਾਜ਼ਿਓਨੇ ਝੁਕਾਉਣਾ। ਅਲਟੇਜ਼ਾ ਵਿੱਚ ਤੇ ਆਪਾਂ ਸਾਰਿਆਂ ਨੂੰ ਪਤਾ ਕਿ ਉਹ ਉੱਤੇ ਨੂੰ ਜਾਂਦੀ ਹੈ, ਇਨਕਲੀਨਾਜ਼ਿਓਨੇ ਵੀ ਕਿਸੇ ਕਿਸੇ ਗੱਡੀ ਦੇ ਵਿੱਚ ਹੁੰਦਾ ਹੈ। ਸੋ ਕਹਿੰਦਾ ਆਪਾਂ ਨੂੰ ਦੋਨੋਂ ਸਾਈਡ ਦੋਨੋਂ ਐਡਜਸਟ ਕਰਨਾ ਚਾਹੀਦਾ। ਵੇਰੋ ਇਹ ਪਰਟੀਕੁਲਰਮੈਂਟੇ ਉਤਿਲੇ ਪਰ ਰਿਲਾਸਾਰੇ ਲਾ ਮੁਸਕੁਲਾਟੋਰੇ ਦੁਰਾਂਤੇ ਲਾ ਗੁਇਦਾ। ਇਹ ਖਾਸ ਤੌਰ ਤੇ ਉਪਯੋਗੀ ਹੁੰਦਾ ਹੈ ਰਿਲੈਕਸ ਕਰਨ ਲਈ ਤੁਹਾਡੇ ਮੁਸਕੁਲਾਟੋਰੇ, ਮਤਲਬ ਤੁਹਾਡੀ ਮਸਲਸ ਨੂੰ, ਜਦੋਂ ਤੁਸੀਂ ਗੱਡੀ ਚਲਾਉਂਦੇ ਪਏ ਹੋ। ਮਤਲਬ ਕਿ ਤੁਸੀਂ, ਤੁਹਾਡੀ ਧੋਣ ਥੱਕ ਗਈ, ਤੁਸੀਂ ਪਿੱਛੇ ਜਾ ਕੇ ਉਹਨੂੰ ਟਕਾ ਲਿਆ, ਇਸ ਕਰਕੇ ਹੁੰਦਾ ਹੈ? ਨਹੀਂ, ਇਸ ਕਰਕੇ ਨਹੀਂ ਹੈ, ਕੋਰਪੋ ਦੀ ਫਰੂਸਤਾ ਕਰਕੇ ਬਣਾਇਆ ਗਿਆ ਹੁੰਦਾ ਹੈ। ਫਾਲਸੋ। ਆ ਉਹਨਾਂ ਫੰਕਸ਼ਨੇ ਨੋਨ ਦੀ ਸਿਕਿਉਰੇਸਾ ਮਾ ਐਸਥੈਟਿਕਾ। ਇਹ ਇੱਕ ਫੰਕਸ਼ਨ ਹੈ ਗੱਡੀ ਦਾ, ਸਿਕਿਉਰਿਟੀ ਦੇ ਕੰਮ ਨਹੀਂ ਆਉਂਦਾ, ਪਰ ਇਹ ਐਸਥੈਟਿਕਾ ਮਤਲਬ ਕਿ ਉਹਨੂੰ ਬਾਹਰੀ ਸੁੰਦਰਤਾ, ਉਹਨੂੰ ਸੋਹਣਾ ਬਣਾਉਣ ਲਈ ਬਣਾਇਆ ਜਾਂਦਾ ਹੈ। ਫਾਲਸੋ। ਸੋਹਣਾ ਲਈ ਆ, ਸਿਕਿਉਰਿਟੀ ਲਈ ਆ। 793 ਕੰਪਲੀਟ। 794 ਓਬਲੀਗੋ ਦੀ ਇਨ ਦੋ ਸਾਰੇ ਇਲ ਕਾਸਕੋ। ਕਾਸਕੋ ਹੁੰਦਾ ਹੈਲਮਟ, ਪਾਣਾ ਜ਼ਰੂਰੀ। ਵਧਦੇ ਆ ਪਹਿਲੇ ਸਵਾਲ ਤੇ। ਇਲ ਕਾਸਕੋ ਹੈ ਓਬਲੀਗਾਟੋਰੀ ਪਰ ਇਲ ਕੰਡੂਚੈਂਟੀ ਦੀ ਚਿਕਲੋਮੋਟੋਰੀ ਆ ਦੂਏ ਰੋਤੇ। ਹੈਲਮਟ ਜ਼ਰੂਰੀ ਆ ਡਰਾਈਵਰਾਂ ਲਈ, ਚਿਕਲੋਮੋਟੋਰੀ ਦੇ ਜਿਨ੍ਹਾਂ ਦੇ ਦੋ ਟਾਇਰ ਨੇ। ਫੇਰੋ ਪਰ ਇਕ ਕੰਡੂਚੈਂਟੀ ਦੀ ਮੋਟੋਸਿਕਲੀ ਨੋਨ ਦੋਤਾਤੀ ਦੀ ਚੇਲੂਲਾ ਦੀ ਸਿਕਿਉਰੇਸਾ ਇਹ ਦੀ ਪੋਜ਼ਿਟਿਵੀ ਦੀ ਰਿਤੇਨੂਤਾ। ਕਹਿੰਦਾ ਉਹ ਡਰਾਈਵਰਾਂ ਲਈ, ਮੋਟਰਸਾਈਕਲ ਦੇ ਉਹ ਡਰਾਈਵਰਾਂ ਲਈ ਇਹ ਜ਼ਰੂਰੀ ਹੈ ਕਾਸਕੋ ਪਾਉਣਾ, ਨੋਨ ਦੋ ਤੱਤ ਦੀ ਚੇਲੂਲਾ ਦੀ ਸਿਕਿਉਰੇਸਾ। ਇਹ ਮੈਂ ਪਹਿਲਾਂ ਦਿਖਾ ਚੁੱਕਿਆ, ਦੁਬਾਰਾ ਤੋਂ ਤੁਹਾਨੂੰ ਦਿਖਾ ਦਿੰਦਾ। ਸੋ ਇਹਨੂੰ ਕਹਿੰਦੇ ਚੇਲੂਲਾ ਦੀ ਸਿਕਿਉਰੇਸਾ। ਇਹ ਵੱਡੀ ਜਿਹੜੀ ਸ਼ੀਲਡ ਜੀ ਬਣੀ ਹੈ ਡਰਾਈਵਰ ਦੇ ਆਸੇ ਪਾਸੇ, ਇਹਨੂੰ ਕਹਿੰਦੇ ਚੇਲੂਲਾ ਦੀ ਸਿਕਿਉਰੇਸਾ। ਹੁਣ ਦੇਖੋ ਬਾਹਰਲੇ ਪਾਸੇ ਕੁੜੀ ਬੈਠੀ, ਉਹਨੇ ਹੈਲਮਟ ਪਾਇਆ ਕਿਉਂਕਿ ਉਂਡ ਤੇ ਡਿੱਗਣ ਦਾ ਖਤਰਾ। ਇਹਨੇ ਹੈਲਮਟ ਨਹੀਂ ਪਾਇਆ ਕਿਉਂਕਿ ਉਹਨੇ ਸੀਟ ਬੈਲਟ ਲਗਾਈ ਹੋਈ ਹੈ, ਤੇ ਇਹਦੇ ਤੇ ਜ਼ਿਆਦਾ ਖਤਰਾ ਨਹੀਂ ਹੈਗਾ ਕਿਉਂਕਿ ਇਹ ਅੰਦਰਲੇ ਪਾਸੇ ਆ ਤੇ ਸਿਕਿਓਰ ਹੈ, ਇਹ ਉੱਠ ਕੇ ਬਾਹਰ ਨਹੀਂ ਜਾ ਸਕਦਾ। ਇਹਨੇ ਸੀਟ ਬੈਲਟ ਲਗਾਈ, ਇਸ ਕਰਕੇ ਆਪਣੀ ਜਗ੍ਹਾ ਤੇ ਹੀ ਬੈਠਾ ਰਹੇਗਾ, ਜਦਕਿ ਪਿੱਛੇ ਬੈਠੀ ਜਿਹੜੀ ਸਵਾਰੀ ਹੈ ਉਹ ਉੱਠ ਕੇ ਬਾਹਰ ਜਾ ਸਕਦੀ, ਐਕਸੀਡੈਂਟ ਹੋਣ ਦੇ ਕੇਸ ਵਿੱਚ, ਮਤਲਬ ਕਿ ਟੱਕਰ ਹੋਏਗੀ ਤੇ ਉਹ ਸਿੱਧਾ ਬਾਹਰ ਨੂੰ ਵੱਜ ਸਕਦੀ, ਇਸ ਕਰਕੇ ਉਹਨੇ ਹੈਲਮਟ ਪਾਇਆ ਹੋਇਆ। ਸੋ ਇੱਥੇ ਕਹਿੰਦਾ ਵੀ ਚੈਲੂਲਾ ਦੀ ਸਿਕਿਉਰੇਸਾ ਇਹਦੀ ਪੋਜ਼ਿਟਿਵੀ ਦੀ ਰੀਤੇ ਨੂੰ ਤਾਂ ਪੋਜ਼ਿਟਿਵੀ ਦੀ ਰੀਤੇ ਨੂੰ ਤਾਂ ਵੀ ਉਹੀ ਹੁੰਦਾ ਤੇ ਚੈਲੂਲਾ ਦੀ ਸਿਕਿਉਰੇਸਾ ਵੀ ਉਹੀ ਹੁੰਦਾ, ਪਿਓ ਮੈਨੂੰ ਇੱਕੋ ਚੀਜ਼ ਹੁੰਦੀ। ਸੋ ਕਹਿੰਦਾ ਜਿਨ੍ਹਾਂ 'ਚ ਇਹ ਨਹੀਂ ਲੱਗੇ ਉਹਨਾਂ ਤੇ ਓਬਲੀਗਾਟੋਰੀਓ ਆ ਕਿ ਉਹ ਹੈਲਮਟ ਪਾਣ। ਵੇਰੋ ਪਰ ਇਲ ਪਾਸੇਜੇਰੋ ਦੀ ਉਨ ਮੋਟੋਸਿਕਲੋ ਪ੍ਰੀਵਿਓ ਦੀ ਚੈਲੂਲਾ ਦੀ ਸਿਕਿਉਰੇਸਾ ਇਹ ਸਿਸਟੇਮੀ ਦੀ ਰੀਤੇ ਨੂੰ ਤਾਂ ਹੈਲਮਟ ਜ਼ਰੂਰੀ ਹੈ ਇੱਕ ਪੈਸੈਂਜਰ ਲਈ, ਇੱਕ ਮੋਟਰਸਾਈਕਲ ਦੇ ਪ੍ਰੀਵਿਓ ਦੀ ਚੈਲੂਲਾ ਦੀ ਸਿਕਿਉਰੇਸਾ ਇਹ ਸਿਸਟੇਮੀ ਦੀ ਰੀਤੇ ਨੂੰ ਤਾਂ, ਮਤਲਬ ਕਿ ਜਿਹੜੀ ਹੁਣੇ ਤੁਹਾਨੂੰ ਸ਼ੀਲਡ ਦਿਖਾ ਕੇ ਹਟਿਆ, ਜੇਕਰ ਉਹ ਨਹੀਂ ਲੱਗੀ ਪ੍ਰੀਵਿਓ ਬਿਨਾਂ ਰਹਿਤ ਵੀ ਉਹਦੇ ਬਿਨਾਂ ਇਹ ਸੈਂਸ ਆਏ ਉਹਦੇ ਤੋਂ। ਸੋ ਕਹਿੰਦਾ ਉੱਥੇ ਆਪਾਂ ਨੂੰ ਹੈਲਮਟ ਜਿਹੜਾ ਪਾਉਣਾ ਹੈ ਪੈਸੈਂਜਰ ਲਈ ਉਹ ਵੀ ਜ਼ਰੂਰੀ ਆ, ਡਰਾਈਵਰ ਤੇ ਪੈਸੈਂਜਰ ਦੋਨਾਂ ਲਈ ਜ਼ਰੂਰੀ ਆ। ਅੱਗੇ ਪਹਿਲ ਪਾਸੇ ਜੇ ਰੋਦੀ ਉਂਚ ਕਿਲੋਮੋਟੋਰੇ ਅਦੂਏ ਰੋ ਤੇ ਆ ਕਿਸੇ ਮਾਜੋ ਰਹਿੰਦੇ। ਕਹਿੰਦਾ ਇੱਕ ਪੈਸੈਂਜਰ ਨੂੰ ਚਿਕਲੋਮੋਟੋਰੀ ਦੇ ਜਿਹਦੇ ਦੋ ਟਾਇਰ ਨੇ, ਜ਼ਰੂਰੀ ਆ ਕਿ ਉਹ ਹੈਲਮਟ ਪਾਵੇ, ਭਾਵੇਂ ਉਹ ਵੱਡਾ ਹੀ ਕਿਉਂ ਨਹੀਂ, 18 ਸਾਲ ਤੋਂ ਵੱਧ ਕਿਉਂ ਨਹੀਂ ਹੈਗਾ, ਤਾਂ ਵੀ ਉਹਨੂੰ ਹੈਲਮਟ ਪਾਉਣਾ ਪੈਣਾ। ਫੇਰੋ
Per i conducenti di ciclomotori a due ruote solo se minorenni, e te li chiesi anche se maggiorenni, te li chiesi solo se minorenni, मतलब कि जेकरो 18 साल तो घट ने ध्यान दियो बंदा वड्डा होवे छोटा होवे ना दोनों ने हेलमेट पाना है क्योंकि जेड़ा एक्सीडेंट होंदा है वो कदी भी उम्र देख के नहीं होंदा इस करके है फालसो कास्को नॉन है ऑब्लिगेटोरियो पर इ कंडुसेंटी दी ciclo motori a due ruote टिटोलारी दी पतेंते दला कैटेगरी बी हेलमेट जरूरी नहीं हैगा ड्राइवरन लई ciclo motori दे जे दो टायर होंगे टिटोलारी दी पतेंते दला कैटेगरी बी जिदे कोल बी कैटेगरी दा पतेंते आ ਉਹਦੇ ਤੇ ਜ਼ਰੂਰੀ ਨਹੀਂ ਹੈਗਾ ਕਿ ਉਹ ਹੈਲਮਟ ਪਾਵੇ ਫਾਲਸੋ ਐਸਾ ਕੁਝ ਵੀ ਨਹੀਂ ਹੈਗਾ ਇਲ ਕਾਸਕੋ ਨੋਨ ਹੈ ਓਬਲੀਗਾਟੋਰੀਓ ਪੈਰ ਹੀ ਕੰਡੂਚੈਂਟੀ ਦੀ ਚਿਕਲੋ ਮੋਟੋਰੀ ਆ ਦੂਏ ਰੂਅਤੇ ਨੋਨ ਹੈ ਓਬਲੀਗਾਟੋਰੀਓ ਲਿਖਤਾ ਜਦ ਕਿ ਥੇ ਓਬਲੀਗਾਟੋਰੀਓ ਆ ਸੋ ਹੈ ਫਾਲਸੋ ਸੋ 794 ਕੰਪਲੀਟ ਵੱਧਦੇ ਆਂਗੇ 795 ਨੰਬਰ ਪੇਜ ਉਜ਼ੋ ਦਲ ਕਾਸਕੋ ਭਾਗ ਪਹਿਲਾ ਹੈਲਮਟ ਦੀ ਵਰਤੋਂ ਲੂਜ਼ੋ ਦਲ ਕਾਸਕੋ ਐ ਨੈਸੈਸਰੀਓ ਪੈਰ ਰਿਡੂਰੇ ਲੀ ਇਫੈਕਟੀ ਦੀ ਇਵੈਂਟੁਅਲੀ ਉਰਤੀ ਅਲਾ ਟੈਸਟਾ ਹੈਲਮਟ ਦੀ ਵਰਤੋਂ ਦੀ ਲੋੜ ਪੈਂਦੀ ਹੈ ਪੈਰੀ ਦੂਰੇ ਘਟਾਉਣ ਲਈ ਜਿਹੜੇ ਇਫੈਕਟ ਖਾਸ ਤੌਰ ਤੇ ਉਰਤੀ ਆਲਾ ਤੇਸਤਾ ਮਤਲਬ ਕਿ ਸਿਰ ਦੀ ਟੱਕਰ ਤੋਂ ਜਿਹੜਾ ਇਫੈਕਟ ਪਏਗਾ ਉਹਨੂੰ ਘਟਾਉਣ ਲਈ ਲੋੜ ਹੈ ਕਿ ਆਪਾਂ ਹੈਲਮਟ ਪਾਈਏ ਵੇਰੋ ਕਾਸਕੋ ਇੰਟੀਗਰਾਲੇ ਪ੍ਰੋਟੇਜੇ ਆਂਕੇ ਇਲ ਵਿਜ਼ੋ ਦਾ ਟ੍ਰਾਇਮੀ ਏ ਲੇਸਿਓਨੀ ਇਨ ਕਾਸੋ ਦੀ ਇਨਸੀਡੈਂਟੇ ਸੋ ਇੱਥੇ ਕਹਿੰਦਾ ਵੀ ਕਾਸਕੋ ਇੰਟੀਗਰਾਲੇ ਇੰਟੀਗਰਾਲੇ ਹੈਲਮਟ ਕਿਹੜਾ ਹੁੰਦਾ ਹੈ ਜਿਹੜਾ ਕਿ ਫੁੱਲ ਫੇਸ ਹੈਲਮਟ ਹੁੰਦਾ ਜਿਹੜਾ ਤੁਹਾਡੇ ਪੂਰੇ ਫੇਸ ਨੂੰ ਕਵਰ ਕਰਦਾ ਹੈ ਤੁਸੀਂ ਕਈ ਵਾਰ ਗੌਰ ਕੀਤਾ ਹੋਣਾ ਕਈ ਹੈਲਮਟ ਹੁੰਦੇ ਨੇ ਜਿਹੜੇ ਸਿਰਫ ਸਿਰ ਨੂੰ ਕਵਰ ਕਰਦੇ ਨੇ ਪਰ ਇੱਥੇ ਕਹਿੰਦਾ ਪਿਆ ਇੰਟੀਗਰਾਲੇ ਵੀ ਜਿਹੜਾ ਪੂਰੇ ਫੇਸ ਨੂੰ ਕਵਰ ਕਰਦਾ ਹੈ ਕਹਿੰਦਾ ਉਹ ਪ੍ਰੋਟੈਕਟ ਕਰਦਾ ਪਿਆ ਆਂਕੇ ਇਲ ਵਿਜ਼ੋ ਦਾ ਤਰਾਉਮੀ ਇਹ ਲੇਸਿਓਨੀ ਵੀ ਕਿਸ ਤਰ੍ਹਾਂ ਦੀ ਕੋਈ ਚੋਟਾਂ ਤੋਂ ਆਪਾਂ ਨੂੰ ਬਚਾਉਂਦਾ ਹੈ ਇਨ ਕਾਜ਼ੋ ਦੀ ਇੰਸੀਡੈਂਟ ਜੇਕਰ ਐਕਸੀਡੈਂਟ ਹੋ ਜੇ ਹੁਣ ਜੇਕਰ ਹੁਣ ਲੌਜੀਕ ਵਾਲੀ ਗੱਲ ਹੈ ਜੇਕਰ ਅੱਧਾ ਹੈਲਮਟ ਹੋਏਗਾ ਇਕੱਲੇ ਸਿਰ ਵਾਲਾ ਹੋਏਗਾ ਫਿਰ ਉਹ ਆਪਣੇ ਸਿਰ ਨੂੰ ਪ੍ਰੋਟੈਕਟ ਕਰੇਗਾ ਪਰ ਜੇਕਰ ਉਹ ਪੂਰੇ ਮੂੰਹ ਦਾ ਪੂਰੇ ਚਿਹਰੇ ਦਾ ਆਪਣਾ ਹੈਲਮਟ ਹੋਏਗਾ ਫਿਰ ਉਹ ਆਪਣਾ ਪੂਰਾ ਚਿਹਰੇ ਨੂੰ ਪੂਰੇ ਵਿਜ਼ਨ ਨੂੰ ਬਚਾਏਗਾ ਵੇਰੋ ਐਬੇਨੇ ਕਿ ਇਲ ਕਾਸਕੋ ਸੀ ਅਡੋਟਾਟੋ ਦਾ ਵਿਜ਼ੀਏਰਾ ਕਹਿੰਦਾ ਸਹੀ ਰਹੇਗਾ ਕਿ ਜਿਹੜਾ ਤੁਹਾਡਾ ਹੈਲਮਟ ਹੈ ਉਹਦੇ ਵਿੱਚ ਫਿੱਟ ਕੀਤਾ ਹੋਵੇ ਵਿਜ਼ੀਏਰਾ ਵਿਜ਼ੀਏਰਾ ਕੀ ਹੁੰਦਾ ਜਿਹੜਾ ਅੱਗੇ ਸ਼ੀਸ਼ਾ ਲੱਗਾ ਹੁੰਦਾ ਆਪਣੇ ਆਪਣੇ ਹੈਲਮਟ ਦੇ ਅੱਗੇ ਕਹਿੰਦਾ ਜੇਕਰ ਉਹ ਸ਼ੀਸ਼ਾ ਲੱਗਾ ਤੇ ਸਹੀ ਰਹੇਗਾ ਓਬਲੀਗਾਟੋਰੀ ਨਹੀਂ ਹੈਗਾ ਧਿਆਨ ਰੱਖਿਓ ਇਹ ਸੋ ਐ ਵੇਰੋ ਅੱਗੇ ਕਹਿੰਦਾ ਲਾ ਵਿਜ਼ੀਏਰਾ ਦਲ ਕਾਸਕੋ ਪ੍ਰੋਟੇਜੇ ਇਲ ਵਿਜ਼ੋ ਇਲ ਗਲੀ ਓਕੀ ਦਾ ਇੰਪੈਟੀ ਕੋਨ ਇਨਸੈਟੀ ਕਹਿੰਦਾ ਜਿਹੜਾ ਵਿਜ਼ੀਏਰਾ ਆ ਜਿਹੜਾ ਸ਼ੀਸ਼ਾ ਲੱਗਾ ਆਪਣੇ ਕਾਸਕੋ ਉੱਤੇ ਉਹ ਪ੍ਰੋਟੈਕਟ ਕਰਦਾ ਹੈ ਆਪਣੇ ਚਿਹਰੇ ਨੂੰ ਤੇ ਅੱਖਾਂ ਨੂੰ ਦਾ ਇੰਪੈਟੀ ਕੋਨ ਇਨਸੈਟੀ ਇਨਸੈਟੀ ਹੁੰਦਾ ਕੀੜੇ ਤੇ ਇੰਪੈਕਟ ਹੁੰਦਾ ਟੱਕਰ ਸੋ ਕਹਿੰਦਾ ਕਿਸੇ ਤਰ੍ਹਾਂ ਦਾ ਕੋਈ ਕੀੜੇ ਮਕੌੜੇ ਕੋਈ ਭੁਣਖੀ ਮੱਛਰ ਅੱਖਾਂ ਵਿੱਚ ਨਾ ਪੈ ਜੇ ਆਪਣੇ ਮੂੰਹ ਤੇ ਨਾ ਲੱਗੇ ਇਹਦੇ ਤੋਂ ਵੀ ਆਪਾਂ ਨੂੰ ਬਚਾਉਂਦਾ ਹੈ ਸੋ ਐ ਵੇਰੋ ਆ ਅੱਗੇ ਇਲ ਕਾਸਕੋ ਦੇਵੇ ਐਸਰੇ ਇੰਦੋਸਾਤੋ ਆਂਕੇ ਪਰ ਸਪੋਸਟਾਮੈਂਟੀ ਬ੍ਰੇਵੇ ਏ ਆ ਬਾਸਾ ਵੇਲੋਚਿਤਾ ਕਹਿੰਦਾ ਜਿਹੜਾ ਹੈਲਮਟ ਹੈ ਉਹ ਪਾਣਾ ਚਾਹੀਦਾ ਹੈ ਭਾਵੇਂ ਥੋੜੀ ਦੇਰ ਲਈ ਹਟਾਣਾ ਪਵੇ ਥੋੜੀ ਦੇਰ ਲਈ ਹਟਾਣਾ ਪਵੇ ਜਾਂ ਫਿਰ ਹੌਲੀ ਸਪੀਡ ਤੇ ਹੋਈਏ ਮਤਲਬ ਕਿ ਜੇਕਰ ਤੁਸੀਂ ਥੋੜੀ ਜਿਹੀ ਦੂਰੀ ਤੇ ਹੀ ਜਾਣ ਰਹੇ ਹੋ ਤਾਂ ਵੀ ਤੁਹਾਨੂੰ ਹੈਲਮਟ ਪਾਣਾ ਚਾਹੀਦਾ ਹੈ ਤੇ ਜੇਕਰ ਤੁਸੀਂ ਘੱਟ ਸਪੀਡ ਤੇ ਜਾਣ ਰਹੇ ਹੋ ਬਾਸਾ ਵੇਲੋਚਿਤਾ ਤੇ ਹੋ ਤਾਂ ਵੀ ਤੁਹਾਨੂੰ ਹੈਲਮਟ ਪਾਣਾ ਚਾਹੀਦਾ ਹੈ ਵੇਰੋ Il casco deve essere indossato anche a bordo dei quadricicli a motore privi di carrozzeria. ਕਹਿੰਦਾ ਜਿਹੜਾ ਹੈਲਮਟ ਹੈ ਉਹ ਪਾਣਾ ਚਾਹੀਦਾ ਜਦੋਂ ਤੁਸੀਂ ਕੁਆਡਰੋਸਾਈਕਲ ਜਾਂ ਮੋਟਰ ਚਲਾਉਂਦੇ ਹੋ ਪ੍ਰੀਵੀ ਆ ਕਾਰੋਸੇਰੀਆ ਜਿਹੜੀ ਉਹਦੀ ਬਾਡੀ ਹੈ ਉਹ ਉੱਥੇ ਨਾ ਹੋਵੇ ਜਿਹੜੀ ਕੁਆਦੇ ਉਹਦੀ ਬਾਡੀ ਨਾ ਹੋਵੇ ਮਤਲਬ ਕਿ ਜਿਹੜਾ ਉਹਨੂੰ ਟੁੱਟਕਦਾ ਹੈ ਕਹਿੰਦਾ ਜੇਕਰ ਉਹ ਨਾ ਹੋਵੇ ਤਾਂ ਤੁਹਾਨੂੰ ਹੈਲਮਟ ਪਾਣਾ ਚਾਹੀਦਾ ਹੈ ਵੇਰੋ ਆਂਕੇ ਨੋਨ ਇੰਦੋਸਾ ਇਲ ਕਾਸਕੋ ਐਸ ਸੋਜੈਟੋ ਅਲਾ ਡਿਕੁਟਾਸੀਓਨੇ ਦੀ ਪੁੰਤੀ ਦਲਾ ਪਤੈਂਟੇ ਦੀ ਗੁਇਦਾ ਡਰਾਈਵਰ ਜਿਹੜਾ ਨਹੀਂ ਪਾਉਂਦਾ ਪਿਆ ਹੈਲਮਟ ਐ ਸੁਜੈਤੋ ਅਲਾ ਦਿਕੁਤਾਸੀਓਨੇ ਦਿਕੁਤਾਸੀਓਨੇ ਘਟਾਣਾ ਜਾਂ ਕਟੌਤੀ ਪੁੰਤੀ ਦੀ ਪਤੈਂਤੇ ਦੀ ਸੋ ਕਹਿੰਦਾ ਜੇਕਰ ਤੁਸੀਂ ਹੈਲਮਟ ਦੀ ਪਾਓਗੇ ਤੁਹਾਡੀ ਪੁੰਤੀਆਂ ਘਟੀਆਂ ਜਾ ਸਕਦੀਆਂ ਨੇ ਵੇਰੋ ਇਲ ਕਾਸਕੋ ਦੇਵੇ ਐਸਰੇ ਕੰਪਲੀਟਾਮੈਂਟੇ ਅਲਾਚਾਤੋ ਸੋਲੋ ਸੁਈ ਪਰਕੋਰਸੀ ਐਕਸਟਰਾਉਰਡਿਨਰੀ ਹੈਲਮਟ ਦੇਵੇ ਐਸਰੇ ਕੰਪਲੀਟਾਮੈਂਟੇ ਇਹਨੂੰ ਸਹੀ ਤਰੀਕੇ ਨਾਲ ਕੰਪਲੀਟਲੀ ਉਹਨੂੰ ਕਸਣਾ ਚਾਹੀਦਾ ਹੈ ਸਿਰਫ ਜਦੋਂ ਤੁਸੀਂ ਐਕਸਟਰਾ ਉਰਬਾਨੇ ਉੱਤੇ ਸਫ਼ਰ ਕਰਦੇ ਪਏ ਹੋ ਫਾਲਸੋ ਕੁਆਂਡੋ ਸੇ ਚਿਰਕੁਲਾ ਨੇ ਲੇ ਜ਼ੋਨੇ ਆ ਵੇਲੋਚਿਤਾ ਕੰਟਰੋਲਾਤਾ ਇਨਫੀਰੀਓਰ ਆ 30 ਕਿਲੋਮੀਟਰੀ ਨੋਨ ਹੈ ਓਬਲੀਗਾਟੋਰੀਓ ਉਜ਼ੋ ਦੈਲ ਕਾਸਕੋ ਜਦੋਂ ਤੁਸੀਂ ਸਫ਼ਰ ਕਰਦੇ ਪਏ ਹੋ ਇੱਕ ਜ਼ੋਨ ਵਿੱਚ ਜਿੱਥੇ ਸਪੀਡ ਨੂੰ ਕੰਟਰੋਲ ਕੀਤਾ ਗਿਆ ਤੇ ਜਿੱਥੇ ਸਪੀਡ ਨੂੰ 30 ਕਿਲੋਮੀਟਰ ਤੋਂ ਘੱਟ ਰੱਖਣੀ ਚਾਹੀਦੀ ਹੈ ਉੱਥੇ ਜ਼ਰੂਰੀ ਨਹੀਂ ਹੈਗਾ ਹੈਲਮਟ ਪਾਣਾ
ਫਾਲਸੋ, ਉੱਥੇ ਵੀ ਆਪਾਂ ਨੂੰ ਹੈਲਮਟ ਪਾਉਣਾ ਜ਼ਰੂਰੀ ਹੈ, ਭਾਵੇਂ ਥੋੜੀ ਦੂਰੀ ਜਾਣਾ, ਭਾਵੇਂ ਘੱਟ ਸਪੀਡ ਤੇ ਜਾਣਾ, ਆਪਾਂ ਨੂੰ ਹੈਲਮਟ ਪਾਉਣਾ ਪੈਣਾ। ਅੱਗੇ ਲੂਜ਼ੋ ਦੈਲ ਕਾਸਕੋ ਹੈ ਓਬਲੀਗਾਟੋਰੀਓ ਸੂ ਕੁਆਲੁੰਕੁਏ ਕੁਆਦਰੋਚਿਕਲੀ ਆ ਮੋਟੋਰੇ, ਕਹਿੰਦਾ ਹੈਲਮਟ ਪਾਉਣਾ ਜ਼ਰੂਰੀ ਹੈ ਕਿਸੇ ਵੀ ਕੁਆਦਰੋਚਿਕਲੀ ਆ ਮੋਟੋਰੇ ਤੇ। ਫਾਲਸੋ, ਸਿਰਫ ਉਸੇ ਕੁਆਦਰੋਚਿਕਲੀ ਆ ਮੋਟੋਰੇ ਤੇ ਆਪਾਂ ਨੂੰ ਹੈਲਮਟ ਪਾਉਣਾ ਚਾਹੀਦਾ ਜਿਹਦਾ ਕਾਰੋਸੇਰੀਆ ਨਹੀਂ ਹੈਗਾ, ਉਹਦੀ ਬਾਡੀ ਨਹੀਂ ਹੈਗੀ। ਸੋ ਇਹ ਫਾਲਸੋ। ਇਲ ਕਾਸਕੋ ਇੰਟੇਗਰਾਲੇ non può essere utilizzato quando si circola nei centri urbani ad alta distinta di circolazione. Full face helmet non si può utilizzare, non è vartana chida, quando si circola, già tutto si soffre karde peo, pindan de vece, ad alta distinta di circolazione, bi, appanu sai trikke nal dikhe, jedi avaj, ad alta distinta di circolazione, ਵੀ ਕਿਉਂਕਿ ਉੱਥੇ ਜਿਹੜੀ ਆਵਾਜਾਈ ਹੁੰਦੀ ਉਹ ਬਹੁਤ ਜ਼ਿਆਦਾ ਹੁੰਦੀ ਹੈ, ਆਲਤਾ ਦਿਸਤਿੰਤਾ ਵੀ ਬਹੁਤ ਜ਼ਿਆਦਾ ਉੱਥੇ ਆਵਾਜਾਈ ਹੁੰਦੀ, ਬਹੁਤ ਸੰਘਣੀ ਉੱਥੇ ਆਵਾਜਾਈ ਹੁੰਦੀ, ਇਸ ਕਰਕੇ ਤੁਹਾਨੂੰ ਉੱਥੇ ਹੈਲਮਟ ਉਤਾਰ ਦੇਣਾ ਚਾਹੀਦਾ ਸਹੀ ਤਰੀਕੇ ਨਾਲ ਉੱਥੇ ਦੇਖਣ ਲਈ। ਐ ਇਨੂਟੀਲੇ ਸੇ ਸੀ ਚਿਰਕੁਲਾ ਅ ਬੋਰਦੋ ਦੀ ਉੱਚੀ ਕੁਲੋ ਮੋਟੋਰੇ ਅ ਦੂਏ ਰੂਹੋ ਤੇ, ਕਹਿੰਦਾ ਜਿਹੜਾ ਫੁੱਲ ਫੇਸ ਹੈਲਮਟ ਹੁੰਦਾ ਉਹਦੀ ਕੋਈ ਖਾਸ ਉਪਯੋਗਤਾ ਨਹੀਂ ਹੈਗੀ, ਉਹ ਐਵੇਂ ਹੀ ਆ। ਜੇਕਰ ਤੁਸੀਂ ਆਵਾਜਾਈ ਕਰਦੇ ਪਏ ਹੋ ਇੱਕ ਚਿਕਲੋ ਮੋਟੋਰੀ ਉੱਤੇ ਜਿਹਦੇ ਦੋ ਟਾਇਰ ਲੱਗੇ ਨੇ, ਫਾਲਸੋ, ਕਦੀ ਵੀ ਇਨੂਟਿਲੇ ਨਹੀਂ ਹੁੰਦੇ ਕਾਸਕੋ, ਕਾਸਕੋ ਹਮੇਸ਼ਾ ਹਮੇਸ਼ਾ ਉਤਿਲੇ ਹੁੰਦੇ ਨੇ, ਭਾਵੇਂ ਉਹ ਇੰਟੇਗਰਾਲੇ ਆ ਭਾਵੇਂ ਉਹ ਨੋਰਮਾਲੇ ਆ। ਅੱਗੇ ਲੋਬਲੀਗੋ ਦੀ ਯੂਜ਼ ਦਲ ਕਾਸਕੋ ਨੋਨ ਰਿਗਵਾਰਦਾ ਈ ਮਾਜੋਰੇਨੀ ਕੋਨ ਪਿਊ ਦੀ 3 ਅਨੀ ਦੀ ਐਕਸਪੀਰੀਅੰਸਾ ਦੀ ਗੁਈਦਾ, ਜਿਹੜਾ ਓਬਲੀਗੋ ਆ ਹੈਲਮਟ ਵਰਤਣ ਦਾ ਨੋਨ ਰਿਗਵਾਰਦਾ ਈ ਮਾਜੋਰੇਨੀ ਵੀ ਉਹ ਵੱਡਿਆਂ ਤੇ ਲਾਗੂ ਨਹੀਂ ਹੁੰਦਾ, ਕੋਨ ਪਿਊ ਦੀ 3 ਅਨੀ ਦੀ ਐਕਸਪੀਰੀਅੰਸਾ ਦੀ ਗੁਈਦਾ, ਜਿਨ੍ਹਾਂ ਕੋਲ 3 ਸਾਲ ਤੋਂ ਵੱਧ ਐਕਸਪੀਰੀਅੰਸ ਆ ਗੱਡੀ ਚਲਾਉਣ ਦਾ, ਉਹਨਾਂ ਨੂੰ ਕੋਈ ਜ਼ਰੂਰੀ ਨਹੀਂ ਹੈਗਾ ਵੀ ਉਹ ਆਪਣਾ ਹੈਲਮਟ ਪਾਉਣ। ਸੋ ਇਹ ਫਾਲਸੋ। ਅੱਗੇ ਲੂਜ਼ੋ ਦੈਲ ਕਾਸਕੋ ਦੁਰਾਂਤੇ ਲਾ ਮਾਰਚਾ ਦਿਵੇਂਤਾ ਫਾਕੁਲਟਾਟੀਵੋ ਕੁਆਂਡੋ ਲਾ ਟੈਂਪਰਾਤੂਰਾ ਦੱਲਾਰੀਆ ਐ ਸੁਪਰੀਓਰੇ ਆਈ 30 ਗ੍ਰਾਦੀ। ਹੈਲਮਟ ਦੀ ਵਰਤੋਂ ਕਰਨਾ ਸਫ਼ਰ ਦੇ ਦੌਰਾਨ ਦਿਵੇਂਤਾ ਫਾਕੁਲਟਾਟੀਵੋ, ਮਤਲਬ ਕਿ ਆਪਸ਼ਨਲ ਬਣ ਜਾਂਦਾ ਹੈ, ਆਪਣੀ ਮਰਜ਼ੀ ਤੇ ਡਿਪੈਂਡ ਹੁੰਦਾ ਹੈ, ਜਦੋਂ ਟੈਂਪਰੇਚਰ ਦੱਲਾਰੀਆ ਹਵਾ ਦਾ ਜ਼ਿਆਦਾ ਹੋਵੇ 30 ਡਿਗਰੀ ਤੋਂ। ਫਾਲਸੋ, ਭਾਵੇਂ ਟੈਂਪਰੇਚਰ ਜ਼ਿਆਦਾ ਹੈ ਘੱਟੇ ਜੋ ਮਰਜ਼ੀ ਹੋਇਆ, ਹੈਲਮਟ ਆਪਾਂ ਪਾਉਣਾ ਹੀ ਪਾਉਣਾ, ਕਦੀ ਵੀ ਆਪਸ਼ਨਲ ਨਹੀਂ ਹੁੰਦਾ, ਫਾਕੁਲਟਾਟੀਵੋ ਨਹੀਂ ਹੁੰਦਾ। ਅੱਗੇ ਇਕਾਸਕੀ ਦਾ ਉਤਲੀਜ਼ਾਰੇ ਅਲਾਗੁਈਦਾ ਦੇ ਚਿਕਲੋਮਟੋਰੀ ਨੋਨ ਨੈਚੀਸੀਤਾਨੋ ਦੀ ਓਮੋਲਗਾਸੀਓਨੇ, ਜਿਹੜੇ ਹੈਲਮਟ ਜਿਹੜੇ ਆਪਾਂ ਵਰਤਨੇ ਪਏ ਆ ਅਲਾਗੁਈਦਾ ਆਪਣੇ ਆਪਣੇ ਸਫ਼ਰ ਦੌਰਾਨ, ਜਿਹੜੀ ਆਪਾਂ ਮੋਟਰਸਾਈਕਲ ਜਿਹੜੀ ਆਪਾਂ ਚਿਕਲੋਮਟੋਰੀ ਚਲਾਉਂਦੇ ਪਏ ਆ ਉਹਨੂੰ ਵਰਤਦੇ ਟਾਈਮ ਨੋਨ ਨੈਚੀਸੀਤਾਨੋ, ਉਹਨਾਂ ਦੀ ਲੋੜ ਨਹੀਂ ਪੈਂਦੀ ਦੀ ਓਮੋਲਗਾਸੀਓਨੇ, ਵੀ ਉਹਨਾਂ ਨੂੰ ਲੋੜ ਨਹੀਂ ਹੈਗੀ ਵੀ ਉਹ ਗਵਰਨਮੈਂਟ ਵੱਲੋਂ ਅਪਰੂਵ ਹੋਣ, ਜਿਹੜੇ ਹੈਲਮਟ ਆਪਾਂ ਵਰਤਨੇ ਨੇ ਉਹ ਜ਼ਰੂਰੀ ਨਹੀਂ ਹੈ ਕਿ ਵੀ ਉਹ ਗਵਰਨਮੈਂਟ ਵੱਲੋਂ ਅਪਰੂਵ ਹੋਣ। ਫਾਲਸੋ, ਹਮੇਸ਼ਾ ਗਵਰਨਮੈਂਟ ਵੱਲੋਂ ਅਪਰੂਵ ਹੀ ਹੁੰਦੇ ਨੇ, ਆਪਾਂ ਇੱਦਾਂ ਨਹੀਂ ਪਾ ਸਕਦੇ। ਸੋ ਚੰਗਾ ਜੀ, ਆਪ ਸਭ ਜੀ ਨੂੰ ਮਿਲਾਂਗੇ ਨੈਕਸਟ ਐਪੀਸੋਡ ਵਿੱਚ, ਤੇ ਜਾਣ ਤੋਂ ਪਹਿਲਾਂ ਪਿਛਲੇ ਵੇਲੇ ਪੁੱਛਿਆ ਗਿਆ ਸਵਾਲ ਤੇ ਨਵਾਂ ਸਵਾਲ। ਸੋ ਹੁਣ ਗੱਲ ਨਵੇਂ ਸਵਾਲਾਂ ਦੀ, ਬਟ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਅੱਜ ਦੀ ਵੀਡੀਓ ਵਿੱਚ ਥੋੜਾ ਚੇਂਜ ਕਰਾਂਗੇ, 2 ਦੀ ਬਜਾਏ 3 ਸਵਾਲ ਪੁੱਛੇ ਜਾਣਗੇ ਤੁਹਾਡੇ ਤੋਂ, ਤੇ ਤਿੰਨਾਂ ਦਾ ਜਵਾਬ ਤੁਸੀਂ ਕਮੈਂਟਾਂ ਵਿੱਚ ਅਟੈਂਪਟ ਜ਼ਰੂਰ ਕਰਨਾ। ਤੇ ਜੇਕਰ ਤੁਹਾਨੂੰ ਇਹ ਕੰਮ ਵਧੀਆ ਲੱਗੇ 2 ਦੀ ਬਜਾਏ 3 ਸਵਾਲ ਪੁੱਛਣ ਦਾ, ਤੇ ਨੀਚੇ ਕਮੈਂਟਾਂ 'ਚ ਜ਼ਰੂਰ ਮੈਨੂੰ ਦੱਸਿਓ ਕਿ ਤੁਹਾਨੂੰ ਸਹੀ ਲੱਗਾ ਕਿ ਨਹੀਂ। ਤੁਸੀਂ ਵਧਦੇ ਆਪਣੇ ਪਹਿਲੇ ਸਵਾਲ ਵੱਲ। ਸੋ ਮੇਰਾ ਪਹਿਲਾ ਸਵਾਲ ਹੈ, ਇਲ ਸੇਨਿਆਲੇ ਦਾ ਫਿਗੂਰਾਤੋ ਇੰਡਿਕਾ ਕਿ ਹੈ ਓਬਲੀਗਾਟੋਰੀਓ ਮੋਂਟਾਰੇ ਦੀ ਪਨੁਮਾਤੀਚੀ ਇਨਵਰਨਾਲੀ। ਵੀਡੀਓ ਨੂੰ ਰੋਕ ਕੇ ਫੋਟੋ ਜ਼ਰੂਰ ਦੇਖ ਲਿਓ ਤੇ ਉਸ ਤੋਂ ਬਾਅਦ ਸਵਾਲ ਨੂੰ ਪੜਿਓ। ਹੁਣ ਗੱਲ ਕਰਦੇ ਹਾਂ ਦੂਸਰੇ ਸਵਾਲ ਦੀ। ਮੇਰਾ ਦੂਸਰਾ ਸਵਾਲ, ਇਲ ਸੇਨਿਆਲੇ ਦਾ ਫਿਗੂਰਾਤੋ ਇੰਡਿਕਾ ਲਾ ਪ੍ਰੈਜੈਂਸਾ ਦੀ ਉਹਨਾਂ ਕੁਆਲਕਾ ਵੀਆ ਕਿ ਕੰਸੈਂਟੇ ਇਨਵਰਸੀਓਨੇ ਦੀ ਮਾਰਚਾ। ਇਹ ਵਾਲੀ ਫੋਟੋ ਹੈ, ਵੀਡੀਓ ਨੂੰ ਰੋਕ ਕੇ ਫੋਟੋ ਜ਼ਰੂਰ ਦੇਖ ਲਿਆ ਕਰੋ। ਹੁਣ ਗੱਲ ਕਰਦੇ ਹਾਂ ਤੀਸਰੇ ਸਵਾਲ ਦੀ। ਮੇਰਾ ਤੀਸਰਾ ਸਵਾਲ, ਇਲ ਸੇਨਿਆਲੇ ਦਾ ਫਿਗੂਰਾਤੋ ਫਾ ਪਾਰਤੇ ਦੇ ਸੇਨਿਆਲੀ ਦੀ ਇੰਡਿਕਾਸੀਓਨੇ। ਸੋ ਚੰਗਾ ਜੀ, ਆਪਣੇ ਸੀ ਅੱਜ ਦੀ ਵੀਡੀਓ ਦੇ ਇਹ 3 ਸਵਾਲ, ਕਮੈਂਟਾਂ 'ਚ ਰਿਪਲਾਈ ਜ਼ਰੂਰ ਕਰਿਓ। ਸੋ ਹੁਣ ਗੱਲ ਕਰਦੇ ਹਾਂ ਪਿਛਲੀ ਵੀਡੀਓ ਪੁੱਛੇ ਗਏ ਸਵਾਲ ਦੀ। ਪਹਿਲਾ ਸਵਾਲ ਸੀ, ਇਲ ਸੇਨਿਆਲੇ ਦਾ ਫਿਗੂਰਾਤੋ ਪ੍ਰਿਆਵੀਜ਼ਾ ਉਨ ਪੋਸਟੋ ਦੀ ਬਲੋਕੋ ਦੇਲੀ ਓਰਗਾਨੀ ਦੀ ਪੋਲੀਸੀਆ ਇਨ ਵਿਚਿਨਾਂਸਾ ਦੇਲ ਕੋਨਫੀਨੇ ਦੀ ਸਟਾਟੋ। ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਗਿਆ ਉਹ ਸੂਚਨਾ ਦਿੰਦਾ ਹੈ ਕਿ ਉਨ ਪੋਸਟੋ ਦੀ ਬਲੋਕੋ ਦੇਲੀ ਓਰਗਾਨੀ ਦੀ ਪੋਲੀਸੀਆ, ਵੀ ਇੱਕ ਪੁਲਿਸ ਨੇ ਬਲੋਕੇਜ ਲਗਾਈ ਆ ਨੇੜੇ ਬਾਰਡਰ ਦੇ, ਕੋਨਫੀਨੇ ਦੀ ਸਟਾਟੋ ਬਾਰਡਰ। ਸੋ ਇਹ ਫਾਲਸੋ, ਇੱਥੇ ਕੋਈ ਬਲੋਕੇਜ ਨਹੀਂ ਹੁੰਦੀ, ਇਹ ਸਿਰਫ ਤੁਹਾਨੂੰ ਇਹ ਦੱਸਦਾ ਵੀ ਤੁਸੀਂ ਇਟਲੀ ਦੇ ਵਿੱਚ ਐਂਟਰ ਹੋ ਗਏ ਹੋ। ਹੁਣ ਗੱਲ ਕਰਦੇ ਹਾਂ ਦੂਸਰੇ ਸਵਾਲ ਦੀ। ਦੂਸਰਾ ਸਵਾਲ ਸੀ, ਇਲ ਸੇਨਿਆਲੇ ਦਾ ਫਿਗੂਰਾਤੋ ਕੋਨਸੈਂਟੇ ਲਾ ਚਿਰਕੁਲਾਸੀਓਨੇ ਦੇ ਵੀਕੋਲੀ ਪੈਰ ਇਲ ਕਾਰਿਕੋ ਓ ਲੋਸ ਕਾਰਿਕੋ ਮੇਰਚੀ। ਇਹ ਵੇਰੋ ਸੀ, ਕਿਉਂ? ਕਿਉਂਕਿ ਕਹਿੰਦਾ ਪਿਆ ਵੀ
ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਗਿਆ ਉਹ ਇਜਾਜ਼ਤ ਦਿੰਦਾ ਹੈ ਆਵਾਜਾਈ ਉਹਨਾਂ ਗੱਡੀਆਂ ਨੂੰ ਪਰਕਾਰੀਕੋ ਓ ਲੋਸਕਾਰੀਕੋ ਦੇ ਮੈਰਸੀ ਜਿਹੜਾ ਸਮਾਨ ਲੱਦਣ ਤੇ ਉਤਾਰਨ ਆਈਆਂ ਨੇ ਇਹ ਦੇਖੋ ਨੀਚੇ ਧਿਆਨ ਨਾਲ ਇਸ ਫੋਟੋ ਵਿੱਚ ਇੱਥੇ ਕਰਕੇ ਆਪਾਂ ਨੂੰ ਸਾਫ਼ ਤੌਰ ਤੇ ਦਿਖਾਇਆ ਗਿਆ ਵੀ ਇੱਥੇ ਜਿਹੜਾ ਸਮਾਨ ਹੈ ਇੰਨੇ ਤੋਂ ਇੰਨੇ ਵਜੇ ਤੱਕ ਉਤਾਰੇ ਤੇ ਚੜਾਇਆ ਜਾ ਸਕਦਾ ਹੈ ਸੋ ਇੱਥੇ ਆਪਾਂ ਨੂੰ ਪਰਮਿਸ਼ਨ ਮਿਲੀ ਹੋਈ ਹੈ ਇਹਨਾਂ ਗੱਡੀਆਂ ਨੂੰ ਵੀ ਹਾਂਜੀ ਤੁਸੀਂ ਇੱਥੇ ਆ ਸਕਦੇ ਹੋ ਸੋ ਇਹ ਵੇਰੋ ਸੀ ਤੇ ਪਿਛਲਾ ਫਾਲਸੋ ਸੋ ਚੰਗਾ ਜੀ ਜੇਕਰ ਆਪ ਸਬਜੀ ਨੂੰ ਵਧੀਆ ਲੱਗਾ ਸਾਡਾ ਇਹ ਵਾਲਾ ਐਪੀਸੋਡ ਤੇ ਸਾਡਾ ਪੂਰਾ ਪੁਰਾਲਾ ਤੇ ਤੁਸੀਂ ਸਾਨੂੰ ਡੋਨੇਸ਼ਨ ਵੀ ਕਰ ਸਕਦੇ ਹੋ ਸਾਡਾ ਡੋਨੇਸ਼ਨ ਲਿੰਕ ਨੀਚੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੋਇਆ ਮਿਲਾਂਗੇ ਆਪ ਸਬਜੀ ਨੂੰ ਨੈਕਸਟ ਐਪੀਸੋਡ ਵਿੱਚ ਤਦ ਤੱਕ ਲਈ ਰੱਬ ਰੱਖਾ।